खबर अमृतसर पंजाब से आ रही है। केंद्रीय हलका के उम्मीदवार डॉक्टर अजय गुप्ता वार्ड नंबर 48 में डोर टू डोर जाकर कैंपस कर रहे। एक बार लाइव तस्वीरें हम आपको दिखा रहे हैं, देख भी सकते हैं कि हलका उम्मीदवार अजय गुप्ता वार्ड नंबर 48 में लोगों से मतदान के लिए अपील कर रहे। प्राइम के लिए उच्च के लिए खास रिपोर्ट नरेंद्र सेठी अमृतसर पंजाब। मैं थोड़े को बेनती लैके आया कि 70 साल हो गए तुसी इन्हां रवायती पार्टियां नूं, कदी बीजेपी कदी अकाली दल कदी कांग्रेस हाल करता। इस वे अमृतसर दे विच पूरा हले गुंडा राज चलदा रहा। हां जी, पंजाब पूरे चलदा पिया, नशा जिहड़ा ओ चरम सीमा ते आ। जिहड़ी मर्जी गली दे बाहर जा के जिहड़े मर्जी दे बाहर जा के नशा पी सकदे। पंजाब के जिले नौजवान ने वो जो प्लस टू करते थे ना, वो कहते जी पापा जी सानू जी किस तरीके बाहर भेज दो, यही इतना मैं दसो बच्चे जमी का पाली का पोसी का वटा करीदा। इस करके कि बच्चा टुकड़ा जरा सत समुद्र पार चल गए, वो इस करके जाते कि इतने कोई उन्होंने नज़र ही नहीं आता, कुछ उन्होंने नेरा नहीं आता। जो ही इतने रह गए तो बिल्कुल ही बेटा बिल्कुल इंप्लॉयमेंट नहीं। एम बी बी एस अगर कोई बच्चा करता है डॉक्टर बनता, उन्होंने कहते जी 15,000-16,000 रुपये लगे, तो 16,000 एम बी बी एस डॉक्टर करूँगा जाओ। सिविल इंजीनियर बनता मैं बुलाया, जगीरी शाह भी उन्होंने मैं बुलाया, तो मैंने उसे एक सरदार जी इकबाल सिंह उन्होंने उठ के बोला, कहते मेरा मेरा बेटा भी जन्म जाए मेरी बेटी। ਉਹਨਾਂ ਕਹਿੰਦਾ ਕਹਿੰਦਾ ਜਦੋਂ ਉਹਨੇ ਇੰਜੀਨੀਅਰਿੰਗ ਕੀਤੀ ਤਾਂ ਸਾਨੂੰ ਜੋਬ ਹੀ ਨਹੀਂ ਮਿਲੀ ਕੋਈ, 8,000 ਦੀ ਜੋਬ ਮਿਲਦੀ, 10,000, 12,000, 10,000 ਤੋਂ ਕਹਿੰਦਾ ਪਾਪਾ ਮੈਂ ਦੇ ਪੈਸੇ ਇੰਨੀ ਮੈਂ ਪੜ੍ਹਾਈ ਵੀ ਕਹਿੰਦਾ ਕਿ ਇਹਨਾਂ ਲੀਡਰਾਂ ਨੇ ਹੈ ਸਾਰੇ ਆਪਣੇ ਘਰ ਭਰਨ ਤੇ ਕਹਿੰਦੇ ਕੁਛ ਨਹੀਂ ਕੁਛ ਨਹੀਂ ਕਿਸੇ ਦਾ ਕੁਛ ਨਹੀਂ ਸਵਾਲ ਰਿਹਾ। ਮੌਕਾ ਹੁਣ ਹੈਗਾ ਜੇ ਐਤਕੀ ਮੌਕਾ ਨਾ ਖੁੱਜਿਓ, ਇਹ ਮੇਰੀ ਹੱਥ ਜੋੜ ਕੇ ਫਿਰ ਤੁਹਾਡੇ ਅੱਗੇ ਬੇਨਤੀ ਹੈ, ਅਰਦਾਸ ਹੈ ਤੁਹਾਡੇ ਜਿੰਨੇ ਕੰਮ ਨੇ ਮੈਂ ਉਹਦੇ ਦੱਸਦੇ ਹੋਣਗੇ, ਮੈਂ ਨਹੀਂ ਬੰਦਾ ਮੈਨੂੰ ਤੁਸੀਂ ਬੰਦਾ ਹੈ। ਬਿਲਕੁਲ ਜੀ ਠੀਕ ਹੈ, ਤੁਸੀਂ ਲੈਟ ਤੋਂ ਕੰਪਨੀ ਕਿ ਤੁਸੀਂ ਬੰਦਾ ਹੈ, ਪਹਿਲੇ ਤੁਸੀਂ ਕੰਪਨੀ ਬੰਦਾ ਸਭ ਕੁਝ ਤੁਸੀਂ ਬੰਦਾ ਸਰਕਾਰ ਤੁਹਾਡੀ ਅਮਰੀਕਾ ਨੂੰ ਦਿੱਲੀ ਦੇ 1076 ਇੱਕ ਉਹਨਾਂ ਨੇ ਟੋਲ ਫਰੀ ਨੰਬਰ ਦਿੱਤਾ ਹੈ ਹਰਪਾਲ ਜੀ, ਉੱਥੇ ਹੁਣ ਕਿਸੇ ਨੂੰ ਲੋੜ ਪੈ ਜਾਵੇ, ਮੰਨ ਲਓ ਡਰਾਈਵਿੰਗ ਲਾਇਸੈਂਸ ਦੀ ਲੋੜ ਹੈ, ਨੀਲੇ ਕਾਰਡ ਦੀ ਲੋੜ ਹੈ, ਪੈਨਸ਼ਨ ਦੀ ਲੋੜ ਹੈ, ਉਹ ਨੰਬਰ ਦੇ ਉੱਤੇ ਕਾਲ ਕਰਦੇ ਨੇ, ਉਹ ਸਰਕਾਰ ਉਹਦੇ ਘਰ ਆਉਂਦੀ ਹੈ, ਸਰਕਾਰ ਆਉਂਦੀ ਘਰ, ਸਰਕਾਰੀ ਬੰਦੇ ਆਉਂਦੇ ਆ, ਉਹ ਆ ਕੇ ਹਫ਼ਤੇ ਦੇ ਵਿੱਚ ਵਿੱਚ ਜੋ ਡਾਕੂਮੈਂਟ ਰਿਕੁਆਇਰਡ ਆ ਬਣਾ ਕੇ ਦੇ ਜਾਂਦੀ। ਉਹ ਸਾਰੀਆਂ ਫੈਸਿਲਿਟੀਆਂ ਅਸੀਂ ਜਿਹੜੀਆਂ ਦਿੱਲੀ ਵਾਲੀਆਂ ਅਸੀਂ ਇੱਥੇ ਲੈ ਕੇ ਆ ਰਹੇ ਹਾਂ। ਉਹਨੂੰ ਕਹਿੰਦਾ ਕਿ ਤੁਸੀਂ ਦੇਖੋ ਬਿਜਲੀ ਫਰੀ, ਪਾਣੀ ਫਰੀ, ਐਜੂਕੇਸ਼ਨ ਫਰੀ, ਹੈਲਥ ਫਰੀ, ਹਾਂਜੀ, ਉਹਦੇ ਬਾਅਦ ਲੇਡੀਜ਼ ਲਈ ਜਿਹੜੀ ਹੈ ਗਰੰਟੀ ਕਾਰਡ ਜਿਹੜਾ ਦਿੱਤਾ ਸੀ 1,000 ਰੁਪਇਆ, ਅਗਰ ਮੰਨ ਲਓ ਘਰ ਦੇ ਵਿੱਚ 5 ਲੇਡੀਜ਼ ਜਾਂ 18 ਸਾਲ ਤੋਂ ਉੱਪਰ 5,000 ਰੁਪਇਆ ਮਿਲੂਗਾ, ਸਰ ਕਮ ਸੇ ਕਮ ਰਸੋਈ ਦੀ ਟੈਨਸ਼ਨ ਤਾਂ ਖਤਮ ਹੋ ਜਾਊਗੀ। ਉਹਦੇ ਬਾਅਦ ਜਿਹੜਾ ਪੈਨਸ਼ਨ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਹੈਂਡੀਕੈਪਡ ਪੈਨਸ਼ਨ ਜਿਹੜੀ ਆ ਉਹ 3,000 ਤੋਂ ਉੱਪਰ ਲਾਵਾਂ। ਜੋ ਵਾਅਦੇ ਕੀਤੇ ਸੀ, ਘਰ ਘਰ ਨੌਕਰੀ ਦੇਵਾਂਗੇ, ਨਸ਼ਾ ਖਤਮ ਕਰਾਂਗੇ, ਯੇ ਕਰਾਂਗੇ, ਵੋ ਕਰਾਂਗੇ, ਕੁਛ ਨਹੀਂ ਕੀਤਾ, ਕੁਛ ਨਹੀਂ ਕੀਤਾ, ਔਰ ਨਾਲ ਨਾਲ ਕਰਨਾ ਜੀ। ਹੁਣ ਫਿਰ ਹੈ ਮੇਮਰੇ ਦੀ ਖਾਲ 'ਚ ਭੇੜੀਏ ਆਣਗੇ ਤੁਹਾਡੇ ਕੋਲ, ਬਿਲਕੁਲ ਆ ਕੇ ਹੱਥ ਜੋੜਨਗੇ, ਪੈਰ ਜੋੜਨਗੇ ਜੀ, ਸਾਨੂੰ ਇੱਕ ਮੌਕਾ ਹੋਰ ਦੇ ਦਿਓ। ਬਿਲਕੁਲ ਨਹੀਂ ਦੇਣਾ, ਬਿਲਕੁਲ ਨਹੀਂ ਦੇਣਾ। ਦੇਖੋ ਮੈਂ ਡਾਕਟਰ ਹਾਂ, ਮੇਰਾ ਬੜਾ ਵੱਡਾ ਹੋਸਪਿਟਲ ਹੈ, ਮੈਂ ਚਾਹੁੰਦਾ ਤਾਂ ਮੈਂ ਵੀ ਭਾਜੀ ਵੀ ਆਏ ਮੇਰੇ ਹੋਸਪਿਟਲ, ਮੈਂ ਵੀ ਆਪਣੇ ਮੈਂ ਗਿਆ ਹਸਪਤਾਲ 'ਚ 1,00,000 ਰੁਪਏ ਕਮਾ ਸਕਦਾ, ਠੀਕ ਹੈ ਨਾ, ਮਗਰ ਨਹੀਂ ਅਸੀਂ ਆਏ ਹਾਂ ਫੀਲਡ ਦੇ ਵਿੱਚ ਤੁਹਾਡੇ ਲੋਕਾਂ ਦਾ ਜਿਹੜਾ ਕਿਸੇ ਨਾ ਕਿਸੇ ਜ਼ਰੂਰਤਮੰਦ ਕਿਸੇ ਤਰੀਕੇ ਜਿਹੜਾ ਉਹ ਪੰਜਾਬ ਨੂੰ ਬਚਾ ਲਈਏ। ਪੰਜਾਬ ਬਿਲਕੁਲ ਬੇੜਾ ਗਰਕ ਹੋ ਗਿਆ ਜੇ ਹੋਰ ਹੋ ਜਾਏਗਾ, ਇਹ ਲਾਸਟ ਮੌਕਾ ਜੀ। ਕੁਦਰਤ ਜਿਹੜੀ ਹੈ ਦੂਜਾ ਮੌਕਾ ਦਿੱਤਾ ਕੁਦਰਤ ਨੇ ਤੁਹਾਨੂੰ 2017 ਦਿੱਤਾ ਸੀ, ਹੁਣ 2022 ਵਾਰ ਵਾਰ ਕੁਦਰਤ ਵੀ ਮੌਕਾ ਲਿਆ, ਇੱਕ ਮੌਕਾ ਦਿਓ, ਅਸੀਂ ਤੁਹਾਡਾ ਜਿਹੜਾ ਰੰਗਲਾ ਹੈ ਹੱਸਦਾ ਵਸਦਾ ਪੰਜਾਬ, ਸੁਨਹਿਰਾ ਪੰਜਾਬ ਜਿਹੜਾ ਉਹ ਬਣਾ ਦਿੰਦੇ ਬੱਚੇ ਤੁਹਾਡੇ ਕੋਲ। ਰਿਸ਼ਵਤ ਨੀ ਦੇਣੀ ਪਏਗੀ, ਔਰ ਕਿਤੇ ਲਾਈਨਾਂ ਚ ਧੱਕੇ ਨੀ ਖਾਣੇ ਪੈਣਗੇ। ਘਰ ਤੱਕ